ਵੈਸੇ ਤਾਂ ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਬੱਚਿਆਂ ਲਈ ਪੜ੍ਹਾਈ ਫ੍ਰੀ ਕੀਤੀ ਗਈ ਹੈ ਅਤੇ ਉਹਨਾਂ ਦੀਆਂ ਫੀਸਾਂ ਦੇਣੀਆਂ ਸੁਨਿਸ਼ਚਿਤ ਕੀਤੀਆਂ ਗਈਆਂ ਨੇ। ਉੱਥੇ ਦੂਜੇ ਪਾਸੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਵਿੱਚ ਅੱਜ ਵੀ ਐਸਸੀ ਐਸਟੀ ਬੱਚੇ ਆਪਣੀਆਂ ਫੀਸਾਂ ਨੂੰ ਲੈ ਕੇ ਆਪਣੀ ਪੜ੍ਹਾਈ ਨੂੰ ਲੈ ਕੇ ਜੱਦੋ-ਜਹਿਦ ਕਰ ਰਹੇ ਨੇ। ਆਏ ਦਿਨ ਹੀ ਪੰਜਾਬ ਵਿੱਚ ਬੱਚੇ ਕਦੀ ਡੀਸੀ ਦਫ਼ਤਰ ਦੇ ਸਾਹਮਣੇ, ਕਦੇ ਕਿਸੇ ਮੰਤਰੀ ਦੇ ਘਰ ਦੇ ਸਾਹਮਣੇ ਜਾਂ ਫਿਰ ਕਿਸੇ ਸਰਕਾਰੀ ਦਫ਼ਤਰ ਦੇ ਸਾਹਮਣੇ ਧਰਨੇ ਦਿੰਦੇ ਹੋਏ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਦਾ ਇੱਕ ਪ੍ਰਦਰਸ਼ਨ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜਲੰਧਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਇੱਕ ਪਾਸੇ ਤਾਂ ਸਰਕਾਰ ਇਹਨਾਂ ਨੂੰ ਇਹਨਾਂ ਦੀ ਪੜ੍ਹਾਈ ਮੁਫ਼ਤ ਕਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਕਾਲਜ ਵੱਲੋਂ ਇਹਨਾਂ ਕੋਲੋਂ ਵੱਡੀਆਂ ਫੀਸਾਂ ਮੰਗੀਆਂ ਜਾ ਰਹੀਆਂ ਨੇ। ਇਸ ਮੌਕੇ ਬੱਚਿਆਂ ਦਾ ਕਹਿਣਾ ਸੀ ਕਿ ਉਹ ਪੜ੍ਹਾਈ ਕਰਨਾ ਚਾਹੁੰਦੇ ਨੇ ਪਰ ਕਾਲਜ ਅਤੇ ਸਰਕਾਰ ਵਿੱਚ ਪੈਸੇ ਨੂੰ ਲੈ ਕੇ ਤਨਾਤਨੀ ਦੇ ਕਾਰਨ ਉਹਨਾਂ ਨੂੰ ਆਪਣਾ ਭਵਿੱਖ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਬੱਚਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕਰੇ। ਐਕਚੁਅਲੀ ਮੈਮ, ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਰਿਲੇਟਡ ਆ। ਜਦੋਂ ਅਸੀਂ ਪਹਿਲਾਂ, ਅੱਜ ਤੋਂ 4-5 ਮੰਥ ਪਹਿਲਾਂ ਜਦੋਂ ਅਸੀਂ, ਸਾਡੇ ਕੋਲ ਫੀਸਾਂ ਮੰਗੀਆਂ ਗਈਆਂ ਸੀ ਅਤੇ ਅਸੀਂ 15-20 ਦਿਨ ਸਟ੍ਰਾਈਕ ਕੀਤੀ ਸੀ ਅਤੇ ਸਾਡੀ ਉਦੋਂ ਕੋਈ ਕਿਸੇ ਨੇ ਕੁਛ ਨਹੀਂ ਸਾਡੀ ਸੁਣਿਆ ਅਤੇ ਬਾਅਦ ਵਿੱਚ ਅਸੀਂ ਸਕਾਲਰਸ਼ਿਪ ਫਾਰਮ ਦੇ ਜਦੋਂ ਅਸੀਂ ਜਮ੍ਹਾਂ ਕਰਵਾਉਣੇ ਸੀਗੇ ਅਤੇ ਸਾਨੂੰ ਨਜਾਇਜ਼ ਫੀਸਾਂ ਮੰਗਦੇ ਪਏ ਸੀ। ਕਹਿੰਦੇ ਸੀ ਸਾਨੂੰ ਪਹਿਲਾਂ ਫੀਸ ਦਿਓ, ਐਗਜ਼ਾਮੀਨੇਸ਼ਨ ਫੀਸ ਦਿਓ, ਅਸੀਂ ਫਿਰ ਤੁਹਾਡੇ ਸਕਾਲਰਸ਼ਿਪ ਫਾਰਮ ਜਮ੍ਹਾਂ ਕਰਾਂਗੇ। ਅਤੇ ਇੱਕ ਕਾਲਜ ਵੱਲੋਂ ਇੱਕ ਨੋਟਿਸ ਸੀਗਾ, ਡੈਕਲਰੇਸ਼ਨ ਫੋਰਮ, ਉਹਦੇ ਉੱਤੇ ਇਹ ਮੈਂਸ਼ਨ ਕੀਤਾ ਸੀ ਕਾਲਜ ਵੱਲੋਂ ਕਿ ਜਿੰਨਾ ਟਾਈਮ ਸਰਕਾਰ ਸਟੂਡੈਂਟ ਦੇ ਅਕਾਊਂਟ ਵਿੱਚ ਪੈਸੇ ਨਹੀਂ ਪਾਉਂਦੀ ਅਤੇ ਅਸੀਂ ਉਨਾ ਟਾਈਮ ਬੱਚਿਆਂ ਤੋਂ ਕੋਈ ਵੀ ਪੈਸਾ ਨਹੀਂ ਮੰਗਾਂਗੇ। ਅਤੇ ਅਸੀਂ ਹਰ ਸਾਲ ਕੰਸਟੀਟਿਊਸ਼ਨ ਦੇ ਅਕੋਰਡਿੰਗ ਅਸੀਂ ਹਰ ਸਾਲ 5,000 ਦਿੰਦੇ ਹਾਂ, ਉਹਦੇ ਵਿੱਚ ਸਾਡੀ ਐਗਜ਼ਾਮੀਨੇਸ਼ਨ ਫੀਸ ਜਾਂਦੀ ਆ। ਅਤੇ ਇਹਨਾਂ ਨੇ ਇਸ ਸਾਲ ਜਲੰਧਰ ਦੇ ਹੋਰ ਕਿਸੇ ਵੀ ਕਾਲਜ ਵਿੱਚ ਯੂਨੀਵਰਸਿਟੀ ਫੀਸ ਨਹੀਂ ਲਈ ਜਾਂਦੀ, HMV ਜਲੰਧਰ ਕਾਲਜ ਹੀ ਮੰਗੀ ਜਾਂਦੀ ਆ ਫੀਸ। ਅਤੇ ਇਹਨਾਂ ਨੇ ਸਾਨੂੰ 3-4 ਮਹੀਨਿਆਂ ਬਾਅਦ, ਇਹਨਾਂ ਨੇ ਸਾਡੇ ਤੋਂ ਡੈਕਲਰੇਸ਼ਨ ਤਾਂ ਲੈ ਲਏ ਆ ਸਕਾਲਰਸ਼ਿਪ ਦੇ ਨਾਲ, ਅਤੇ 3-4 ਮੰਥ ਬਾਅਦ ਹੁਣ ਫਿਰ ਸਾਨੂੰ ਫੀਸ ਮੰਗ ਰਹੇ, ਐਗਜ਼ਾਮੀਨੇਸ਼ਨ ਫੀਸ ਦਿਓ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ, ਬਿਊਰੋ ਰਿਪੋਰਟ, ਦਾ TV NRI।